वालों बचक और नमकीन बनाई जा रही सी और ये बहुत ही गंदगी भरे हालात बनाई जा रही सी। मौके पर अनहाइजीनिक चलान इशू कर दिता और नाल ही इसनों इंप्रूवमेंट नोटिस भी इशू कर दिता है। हफ्ते का टाइम दिता है कि उस हफ्ते के इसनों पूरा करे। ਵਿਭਾਗ ਵੱਲੋਂ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਚੱਲ ਰਹੀ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ। ਇਸ ਮੌਕੇ ਉੱਤੇ ਕਾਫੀ ਖਾਮੀਆਂ ਤੇ ਗੰਦਗੀ ਵੀ ਪਾਈ ਗਈ, ਜਿਸ ਦੇ ਚੱਲਦੇ ਉਕਤ ਫੈਕਟਰੀ ਮਾਲਕ ਦਾ ਚਲਾਨ ਵੀ ਕੱਟਿਆ ਗਿਆ। ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਘਰ ਦੇ ਵਿੱਚ ਗੱਚਕ ਤੇ ਨਮਕੀ ਬਣਾਈ ਜਾ ਰਹੀ ਸੀ। ਸੋ ਫੈਕਟਰੀ ਦੇ ਵਿੱਚ ਬਹੁਤ ਸਾਰੀ ਗੰਦਗੀ ਵੀ ਪਾਈ ਗਈ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਦੇ ਵੱਲੋਂ ਮੌਕੇ ਤੇ ਹੀ ਉਕਤ ਫੈਕਟਰੀ ਮਾਲਕ ਦਾ ਚਲਾਨ ਕੱਟਿਆ ਗਿਆ ਤੇ ਨਾਲ ਹੀ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਗਿਆ ਕਿ ਜਿਹੜੀਆਂ ਖਾਮੀਆਂ ਫੈਕਟਰੀ ਦੇ ਵਿੱਚੋਂ ਪਾਈਆਂ ਗਈਆਂ ਨੇ ਉਹ ਉਸਨੂੰ ਜਲਦ ਠੀਕ ਕਰ ਲਵੇ ਅਤੇ ਫੈਕਟਰੀ ਮਾਲਕ ਨੂੰ ਇੱਕ ਹਫ਼ਤੇ ਦਾ ਸਮਾਂ ਵੀ ਦਿੱਤਾ ਗਿਆ। ਸੋ ਅੱਗੇ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੇ ਅਧਿਕਾਰੀ ਰਜਿੰਦਰਪਾਲ ਸਿੰਘ ਨੇ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਅਸੀਂ ਅੱਜ ਕੋਟ ਖਾਲਸਾ ਏਰੀਏ ਦੇ ਵਿੱਚ ਰੇਡ ਕੀਤੀ ਹੈ, ਜਿੱਥੇ ਕਿ ਇੱਕ ਵਿਅਕਤੀ ਵੱਲੋਂ ਬੱਚਕ ਔਰ ਨਮਕੀਨ ਬਣਾਈ ਜਾ ਰਹੀ ਸੀ ਔਰ ਇਹ ਬਹੁਤ ਹੀ ਗੰਦਗੀ ਭਰੇ ਹਾਲਾਤਾਂ 'ਚ ਬਣਾਈ ਜਾ ਰਹੀ ਸੀ, ਜਿਸ 'ਤੇ ਵਿਭਾਗ ਵੱਲੋਂ ਮੌਕੇ 'ਤੇ ਅਨਹਾਈਜੀਨਿਕ ਚਲਾਨ ਇਸ਼ੂ ਕਰ ਦਿੱਤਾ ਔਰ ਨਾਲ ਹੀ ਇਸਨੂੰ ਇੰਪਰੂਵਮੈਂਟ ਨੋਟਿਸ ਵੀ ਇਸ਼ੂ ਕਰ ਦਿੱਤਾ ਹੈ। ਜਿਹੜੀਆਂ ਕਿ ਇਹਦੇ ਵੱਲੋਂ ਖਾਮੀਆਂ ਪਾਈਆਂ ਗਈਆਂ ਸੀ ਉਹ ਇਸਨੂੰ ਹਫ਼ਤੇ ਦਾ ਟਾਈਮ ਦਿੱਤਾ ਹੈ ਕਿ ਉਸ ਹਫ਼ਤੇ ਦੇ ਵਿੱਚ ਇਸਨੂੰ ਪੂਰਾ ਕਰੇ ਔਰ ਨਾਲ ਹੀ ਇਸ ਦੇ ਜਿਹੜੇ ਹੈ ਤਿੰਨ ਸੈਂਪਲ ਅਸੀਂ ਇੱਕ ਗੱਚਕ ਦਾ, ਇੱਕ ਨਮਕੀਨ ਦਾ, ਇੱਕ ਗੁੜ ਦਾ ਲੈ ਲਿਆ। ਸੋ ਉਧਰੇ ਦੂਜੇ ਪਾਸੇ ਉਕਤ ਫੈਕਟਰੀ ਮਾਲਕ ਦੌਲਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਫੈਕਟਰੀ ਮਾਲਕ ਦੇ ਵੱਲੋਂ ਹੱਥ ਜੋੜ ਕੇ ਮੁਆਫ਼ੀ ਮੰਗੀ ਗਈ। ਸੋ ਉਹਨਾਂ ਨੇ ਕਿਹਾ ਕਿ ਮੈਂ ਗਲਤੀ ਮੰਨਦਾ ਹਾਂ ਕਿ ਜਿਸ ਜਗ੍ਹਾ 'ਤੇ ਮੈਂ ਕੰਮ ਕਰ ਰਿਹਾ ਉੱਥੇ ਕਾਫੀ ਗੰਦਗੀ ਹੈ ਅਤੇ ਮੈਂ ਜੋ ਵੀ ਕਮੀਆਂ ਪਾਈਆਂ ਗਈਆਂ ਨੇ ਫੈਕਟਰੀ ਦੇ ਵਿੱਚ ਉਸਨੂੰ ਜਲਦ ਠੀਕ ਕਰ ਲਵਾਂਗਾ। ਅਜਿਹਾ ਕਹਿਣਾ ਹੈ ਉਕਤ ਫੈਕਟਰੀ ਮਾਲਕ ਦਾ। ਸੋ ਅੱਗੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ। क्या नाम है आपका, कहाँ के रहने वाले? मैं राजस्थान का रहने वाला हूँ, दौलत मेरा नाम है। अभी कहाँ पे रह रहे हैं? फैक्ट्री चला रही है, यहाँ कोट खालसा फैक्ट्री चला रही है। मेरे को 7-8 साल हो गए सर। आज फूड ऑफिसर की रेड पड़ी हुई है, क्या बरामद हुआ सर? गच्चक कमियां निकली, गच्चक बना रहे हैं सर, कमियां सौदे में सारे में कमियां ही होती है सर, और मेरी कोई गलती होगी तो गलती माफ करो सर। लगता है कि कमी है जहाँ पे? कमी सर आपके सामने सारी कमी है। सुधार होगा उसका? जरूर होगा सर। सैंपल भर लिए उन्होंने? सैंपल भर लिए। तो क्या मांग करते प्रशासन से? प्रशासन से यही है, जो है वो मेरे माफी दे, सीधी बात। आगे से आगे बनाती है, मैं भुजिया और गचक बनाता हूँ। तो सुधार किया जाएगा? सुधार होएगा सर, बिल्कुल 100% सुधार होएगा, साफ सफाई होएगी, पूरी तरह साफ सफाई करके काम करूंगा। चढ़दी कला टाइम टीवी ले अमृतसर तो बबलू महाजन की विशेष रिपोर्ट।